ਦੋਸਤੋ ਇੱਕ ਗੱਲ ਸਾਂਝੀ ਕਰ ਰਹੇ ਆ ਪਰ ਇਸ ਗੱਲ ਦਾ ਚੋਨਾ ਨਾਲ ਕੋਈ ਸਬੰਧ ਨਹੀਂ ਕੱਲ ਮੇਰੇ ਇੱਕ ਮਿੱਤਰ ਨੇ ਗੱਲ ਸੁਣਾਈ ਗੱਲ ਕੀ ਸੀ ਉਹ ਕਹਿੰਦਾ ਕਿਸੇ ਵਿਅਕਤੀ ਦੀ ਪਤਨੀ ਕਿਸੇ ਹੋਰ ਵਿਅਕਤੀ ਦੇ ਪਾਸ ਜਾ ਕੇ ਰਹਿਣ ਲੱਗ ਪਈ ਉਹਨੂੰ ਛੱਡ ਗਈ ਜਮਈ ਛੱਡ ਗਈ ਪੂਰੀ ਤਰ੍ਹਾਂ ਹੀ ਛੱਡ ਗਈ ਬੰਦਾ ਪਰੇਸ਼ਾਨ ਚਿੰਤਾ ਵਿੱਚ ਇਨੇ ਲੰਬੇ ਸਮੇਂ ਤੋਂ ਮੇਰੇ ਨਾਲ ਰਹਿ ਰਹੀ ਸੀ ਖੁਸ਼ ਸੀ ਉਹਦੇ ਲੋੜਾਂ ਵੀ ਮੈਂ ਸਾਰੀਆਂ ਪੂਰੀਆਂ ਕਰਦਾ ਸੀ ਕਿਉਂ ਚਲੀ ਗਈ ਕੋਈ ਸਮਝ ਨਹੀਂ ਸੀ ਪੈ ਰਹਾ ਸੋਚ ਵਿਚਾਰ ਕੇ ਉਹਨੇ ਸੋਚਿਆ ਕਿਉਂ ਨਾ ਸਹੁਰਿਆਂ ਨੂੰ ਫੋਨ ਕਰ ਲਈਏ ਉਹਨੇ ਆਪਣੇ ਸਹੁਰਿਆਂ ਨੂੰ ਫੋਨ ਮਲਾਇਆ ਫੋਨ ਕੀਤਾ ਉਸ ਵਿਅਕਤੀ ਦੇ ਸਾਲੇ ਦੇ ਬੇਟੇ ਨੇ ਫੋਨ ਚੱਕ ਲਿਆ ਹੈਲੋ ਕਹਿੰਦਾ ਜੀ ਕੌਣ ਬੋਲਦਾ ਕਹਿੰਦਾ ਤੁਹਾਡਾ ਫਫੜ ਬੋਲਦਾ ਹਾਂ ਦੱਸ ਉਹ ਭਾਈ ਕਹਿੰਦਾ ਤੁਹਾਡੀ ਭੂਆ ਕਿਸੇ ਹੋਰ ਕੋਲੇ ਚਲੀ ਗਈ ਆ ਉਹਨਾਂ ਦੇ ਨਾਲ ਰਹਿਣ ਲੱਗ ਪਈ ਆ ਉਹਦੇ ਕਹਿੰਦਾ ਤੂੰ ਕੌਣ ਕਹਿੰਦਾ ਮੈਂ ਤੁਹਾਡਾ ਫਫੜ ਬੋਲਦਾ ਉਹ ਕਹਿੰਦਾ ਭਾਈ ਤੂੰ ਸਾਡਾ ਕੀ ਲੱਗਦਾ ਕਿਹੜਾ ਫਫੜ ਸਾਡਾ ਫੁੱਫੜ ਤਾਂ ਉਹੀ ਆ ਜਿਹਦੇ ਕੋਲੇ ਸਾਡੀ ਭੂਆ ਹੁਣ ਇਸ ਵੇਲੇ ਦੋਸਤੋ ਉਹ ਮਿੱਤਰ ਕਹਿੰਦਾ ਯਾਰ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਂ ਤੁਹਾਨੂੰ ਇਹ ਗੱਲ ਕਿਉਂ ਸੁਣਾ ਦਿੱਤੀ ਇਸ ਗੱਲ ਦਾ ਉਹ ਚੋਣਾ ਨਾਲ ਕੋਈ ਸਰੋਕਾਰ ਨਹੀਂ ਪਰ ਭਾਈ ਮਸਲਾ ਘਾਉ ਮਾਉਂ ਜਿਹਾ ਹੀ ਹੋਇਆ ਪਿਆ ਆਹੀ ਕੁਛ ਜਾ ਚੱਲੀ ਜਾਂਦਾ ਸਮਝ ਆਉਂਦੀ ਨਹੀਂ ਕੀ ਗੱਲ ਆ ਕੀ ਨਹੀਂ ਪਰ ਯਾਦ ਰੱਖਿਓ ਜੋਨਾਂ ਨਾਲ ਕੋਈ ਸਬੰਧ ਨਹੀਂ ਉਹ ਫੁੱਫੜ ਸਾਡਾ ਉਹੀ ਆ ਜਿਹਦੇ ਕੋਲੇ ਸਾਡੀ ਇਸ ਵੇਲੇ ਭੂਆ ਰਹਿੰਦੀ ਆ